ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਹੱਥ ਦਾ ਕਮਾਲ ਦਾ ਬਾਕੀ ਦਾ ਭਾਕ ਜਿਨ੍ਹਾਂ ਨੇ ਹੱਥਾਂ ਨਾਲ ਕਾਰਜ ਕੀਤਾ ਹੁੰਦਾ ਹੈ ਉਹ ਆਪਣਾ ਕੰਮ ਅਰੰਭਣ ਚਲਾਉਣ ਤੇ ਕਰਨ ਚ ਦਿਲਚਸਪੀ ਲੈਂਦੇ ਹਨ ਤੇ ਉਹ ਮਾਲਕਾਂ ਦੇ ਨੌਕਰ ਨਹੀਂ ਨੌਕਰਾਂ ਦੇ ਮਾਲਕ ਬਣਦੇ ਹਨ ਕੰਮ ਕੋਈ ਹੋਵੇ ਖੇਤਰ ਕੋਈ ਹੋਵੇ ਉਸ ਵਿੱਚ ਹੱਥਾਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ ਲੱਖਾਂ ਨੇਤਰਹੀਣਾਂ ਲਈ ਪ੍ਰੇਰਨਾ ਬਣੀ ਹੈਲਨ ਕੈਲਰ ਅੰਨੀ ਤੇ ਬੋਲੀ ਸੀ ਉਦੀ ਇੱਕ ਅਧਿਆਪਕਾ ਨੇ ਉਹਨੂੰ ਉਹਦੇ ਹੱਥਾਂ ਨਾਲ ਪੜਾਉਣ ਦੀ ਵਿਧੀ ਸਿਰਜੀ ਸੀ ਜੇ ਅਧਿਆਪਕਾ ਨੇ ਹੈਲਨ ਨੂੰ ਦੱਸਣਾ ਹੁੰਦਾ ਸੀ ਕਿ ਪਾਣੀ ਕੀ ਹੁੰਦਾ ਤਾਂ ਉਹਦੇ ਉਹਦਾ ਹੱਥ ਵਗਦੇ ਨਲਕੇ ਥੱਲੇ ਰੱਖਦੀ ਸੀ ਜੇ ਅੱਗ ਬਾਰੇ ਦੱਸਣਾ ਹੁੰਦਾ ਸੀ ਤਾਂ ਉਹਦਾ ਹੱਥ ਅੰਗਿਠੀ ਨੇੜੇ ਲੈ ਜਾਂਦੀ ਸੀ ਜੇ ਜ਼ਮੀਨ ਬਾਰੇ ਦੱਸਣਾ ਸੀ ਤਾਂ ਜ਼ਮੀਨ ਤੇ ਬਿਠਾ ਕੇ ਹੱਥ ਜ਼ਮੀਨ ਤੇ ਰੱਖਦੀ ਸੀ ਏਵੇਂ ਹੱਥਾਂ ਦੀ ਵਰਤੋਂ ਨਾਲ ਹੈਲਨ ਨਾ ਕੇਵਲਾ ਪੜ੍ਹੀ ਉਹਨੇ ਕਈਆਂ ਨੂੰ ਪੜਾਇਆ ਵੀ ਜੇ ਕਿਸੇ ਦੀ ਯਾਦ ਯਾਦ ਸ਼ਕਤੀ ਗੁਆਚ ਜਾਏ ਤਾਂ ਹੱਥਾਂ ਦੀ ਉਪਰੋਕਤ ਵਿਧੀ ਨਾਲ ਯਾਦ ਸ਼ਕਤੀ ਮੁੜ ਜਗਾਈ ਜਾ ਸਕਦੀ ਹੈ। ਹੱਥਾਂ ਨਾਲ ਪੜਾਉਣ ਤੇ ਗੁਆਚੀ ਯਾਦ ਸ਼ਕਤੀ ਮੁੜ ਬਹਾਲ ਕਰਨ ਵਾਲੀ ਇਹ ਵਿਧੀ ਮੰਦ ਬੁੱਧੀ ਵਾਲੇ ਬੱਚਿਆਂ ਲਈ ਹੁਣ ਵਿਸ਼ਵ ਭਰ ਵਿੱਚ ਵਰਤੀ ਜਾਣ ਵਾਲੀ ਇੱਕ ਪਰਮਾਣਿਕ ਵਿਧੀ ਹੈ। ਹੱਥਾਂ ਦਾ ਦੂਜਾ ਵੱਡਾ ਯੋਗਦਾਨ ਮਨੁੱਖੀ ਦਿਮਾਗ ਦਾ ਵਿਕਾਸ ਕਰਨਾ ਰਿਹਾ ਹੈ। ਅਗਲੀਆਂ ਲੱਤਾਂ ਨੂੰ ਦੌੜਨ ਟੁਰ ਤੁਰੰਤ ਮੁਕਤ ਕਰਵਾ ਕੇ ਮਨੁੱਖ ਦਰਕਤਾਂ ਤੋਂ ਥੱਲੇ ਉਤਰਿਆ ਤੇ ਧਰਤੀ ਉਹਦੀ ਕਰਮ ਭੂਮੀ ਬਣੀ ਚਾਰ ਦੀ ਥਾਂ ਦੋ ਲੱਤਾਂ ਵਰਤਨ ਕਾਰਨ ਤੇ ਸਰੀਰ ਸਿੱਧਾ ਹੋਣ ਕਰਕੇ ਮਨੁੱਖ ਦਾ ਕਦ ਲੰਮਾ ਹੋ ਗਿਆ ਪਰ ਉਹਦੀ ਰਫਤਾਰ ਘਟ ਗਈ ਅਗਲੇ ਦੋ ਪੈਰ ਹੱਥ ਬਣ ਗਏ ਤੇ ਮਨੁੱਖ ਨੇ ਸੰਦਾਂ ਦਾ ਨਿਰਮਾਣ ਕਰਨਾ ਸਿੱਖਿਆ ਜਿਉਂ ਜਿਉ ਮਨੁੱਖ ਸੋਚਦਾ ਗਿਆ ਤਿਉਂ ਤਿਉਂ ਹੱਥਾਂ ਦੀ ਲਈ ਨਵੇਂ-ਨਵੇਂ ਕਾਰਜ ਸਿਰਜਦਾ ਗਿਆ ਜਿਉਂ-ਜਿਉਂ ਹੱਥ ਵਧਾਰੇ ਤੇ ਨਵੇਂ ਕਾਰਜ ਕਰਦੇ ਗਏ ਹਨ ਤੇ ਉਤੇ ਦਿਮਾਗ ਨੂੰ ਵਧੇਰੇ ਸੂਚਨਾ ਮਿਲਦੀ ਗਈ ਹੈ ਤੇ ਦਿਮਾਗ ਸਮੱਸਿਆਵਾਂ ਸੁਲਝਾਉਂਦਾ ਸੁਲਝਾਉਂਦਾ ਵਿਕਾਸ ਕਰਦਾ ਗਿਆ ਦਿਮਾਗ ਦੇ ਹਰ ਨਿਰਣੇ ਤੇ ਅਮਲ ਕਰਨ ਦੀ ਜ਼ਿੰਮੇਵਾਰੀ ਹੱਥਾਂ ਦੀ ਹੈ ਇਵੇਂ ਦਿਮਾਗ ਤੇ ਹੱਥਾਂ ਵਿੱਚਕਾਰ ਤਾਲਮੇਲ ਮਨੁੱਖੀ ਬੁੱਧੀ ਤੇ ਮਨੁੱਖੀ ਸਮਾਜ ਦੇ ਨਿਰਮਾਣ ਦਾ ਆਧਾਰ ਬਣਿਆ ਹੈ ਦਿਮਾਗ ਨਾਲ ਸੋਚਣ ਤੇ ਹੱਥਾਂ ਨਾਲ ਸੰਧ ਬਣਾਉਣ ਤੇ ਸੰਧ ਵਰਤਨ ਕਰਕੇ ਮਨੁੱਖ ਆਪ ਸ਼ਿਕਾਰ ਬਣਨ ਤੋਂ ਹੀ ਨਾ ਬਚਿਆ ਸਗੋਂ ਉਹ ਹੋਰ ਪਸ਼ੂਆਂ ਦਾ ਆਪ ਸ਼ਿਕਾਰ ਕਰਨ ਲੱਗ ਪਿਆ ਉਹਨੇ ਪਸ਼ੂ ਬਲ ਵਰਤ ਕੇ ਆਪਣੇ ਜੀਵਨ ਨੂੰ ਸੁਰੱਖਿਅਤ ਹੀ ਨਾ ਕੀਤਾ ਸਗੋਂ ਆਪਣੇ ਪਾਲਣ ਵਾਲੇ ਪਸ਼ੂਆਂ ਦੀ ਵਧੇਰੇ ਸ਼ਕਤੀਸ਼ਾਲੀ ਪਸ਼ੂਆਂ ਤੋਂ ਰੱਖਿਆ ਵੀ ਕੀਤੀ ਹੱਥਾਂ ਉੱਤੇ ਲਕੀਰਾਂ ਜਾਂ ਉਂਗਲਾਂ ਦੇ ਜੋੜ ਹੱਥਾਂ ਦੀਆਂ ਹੱਡੀਆਂ ਉੱਤੇ ਚੜੀ ਚਮੜੀ ਦੇ ਦਸਤਾਨੇ ਦੇ ਨਿਸ਼ਾਨ ਹਨ ਇਹ ਲਕੀਰਾਂ ਤੇ ਜੋੜ ਹੱਥ ਨੂੰ ਫੈਲਾਉਂ ਸੁਂਗੇੜਨ ਕੁਝ ਪਕੜਨ ਚੁੱਕਣਾ ਦੇ ਪੱਖੋਂ ਹੱਥਾਂ ਦੀ ਕਾਰਗੁਜ਼ਾਰੀ ਵਧਾਉਣ ਲਈ ਹਨ ਜੋਤਸ਼ੀਆਂ ਨੇ ਹੱਥਾਂ ਦੀਆਂ ਲਕੀਰਾਂ ਦੇ ਮਨ ਘੜਤ ਅਰਥ ਕੱਢ ਕੇ ਵਹਿਮੀ ਲੋਕਾਂ ਦੇ ਸਿਰ ਤੇ ਆਪਣਾ ਧੰਦਾ ਚਲਾਇਆ ਹੈ ਸੰਸਾਰ 'ਚ ਜੋ ਚੰਗਾ ਮਾੜਾ ਹੈ ਉਹ ਹੱਥਾਂ ਦਾ ਸਰਜਿਆ ਹੋਇਆ ਤਾਜ ਮਹਿਲ ਵੀ ਹੱਥਾਂ ਨੇ ਬਣਾਇਆ ਤੇ ਐਟਮ ਬੰਬ ਵੀ ਹੱਥ ਦੇ ਅਨੇਕਾਂ ਰੂਪ ਕਾਰਜ ਤੇ ਪੱਖ ਹਨ ਲਗਭਗ ਸਾਰੀਆਂ ਕਲਾਵਾਂ ਹਸਤ ਕਲਾਵਾਂ ਹਨ ਕੁਝ ਲਿਖਣ ਵੇਲੇ ਬੁੱਧੀ ਅੱਖ ਤੇ ਹੱਥ ਵਿੱਚ ਤਾਲਮੇਲ ਜ਼ਰੂਰੀ ਹੁੰਦਾ ਹੈ। ਲਿਖਾਈ ਦਾ ਚੰਗਾ ਮਾੜਾ ਹੋਣਾ ਇਸ ਤਾਲਮੇਲ ਤੇ ਨਿਰਭਰ ਕਰਦਾ ਹੈ। ਮਨੁੱਖ ਸਭ ਜੀਵਾਂ ਤੋਂ ਸਿਆਣਾ ਹੈ ਕਿ ਨਹੀਂ ਇਸ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਹੱਥਾਂ ਦੀ ਕਾਰਜ ਕੁਸ਼ਲਤਾ ਵਿੱਚ ਮਨੁੱਖ ਸਭ ਜੀਵਾਂ ਤੋਂ ਉੱਚਾ ਨਿਪੁੰਨ ਤੇ ਅੱਗੇ ਹੈ। ਕਈ ਇਕੱਲੇ ਬਹਿ ਕੇ ਸੋਚਦੇ ਆਂ, ਟੈਲੀਫੋਨ ਤੇ ਬੋਲਦੇ ਆਂ ਜਾਂ ਸੰਗੀਤ ਸੁਣਦੇ ਆਂ ਵੀ ਹੱਥ ਨਾਲ ਹਰਕਤ ਕਰਦੇ ਆਂ। ਅਸੀਂ ਹੱਥ ਦੀਆਂ ਹਰਕਤਾਂ ਪਹਿਲਾਂ ਕਰਦੇ ਹਾਂ ਬੋਲ ਦੇ ਮਗਰੋਂ ਮਨੁੱਖ ਨੇ ਹਰਕਤਾਂ ਕਰਨੀਆਂ ਪਹਿਲਾਂ ਸਿੱਖੀਆਂ ਬੋਲਣਾ ਮਗਰੋਂ ਸਿੱਖਿਆ ਸੀ ਜਦੋਂ ਕਿਸੇ ਮਨੁੱਖ ਦੇ ਬੋਲੇ ਜਾਂ ਜਾ ਰਹੇ ਸ਼ਬਦਾਂ ਤੇ ਹਰਕਤਾਂ 'ਚ ਤਾਲਮੇਲ ਨਾ ਹੋਵੇ ਤਾਂ ਹਾਸ ਰਸ ਉਪਚਦਾ ਹੈ ਹੱਥਾਂ ਦੀ ਆਪਣੀ ਸੋਚ ਹੁੰਦੀ ਹੈ ਤੇ ਆਪਣੀ ਯਾਦਸ਼ਕਤੀ ਵੀ ਹੁੰਦੀ ਹੈ ਹਰ ਕੋਈ ਸੋਚਦਿਆਂ ਹੱਥਾਂ ਨੂੰ ਵੱਖਰੇ ਢੰਗ ਨਾਲ ਵਰਤਦਾ ਹੈ ਕੋਈ ਸਿਰ ਖੁਰਕਦਾ ਹੈ ਕੋਈ ਛੁਟਕੀ ਵਜਾਉਂਦਾ ਕਿ ਨਾ ਟੁੱਕਦਾ ਹੈ ਸਮੱਸਿਆ ਭਾਵੇਂ ਕੀ ਹੋਵੇ ਪਰ ਹਰ ਕੋਈ ਵੱਖਰੀਆਂ ਹਰਕਤਾਂ ਨਾਲ ਸੋਚਦਾ ਹੈ ਹੱਥਾਂ ਦੀ ਵਧੇਰੇ ਵਰਤੋਂ ਕਰਨ ਵਾਲੇ ਸੋਚਦੇ ਵੀ ਵਧੇਰੇ ਹਨ ਉਹ ਉਜਗਾਰਡ ਲਾਉਣ ਤੇ ਸਮੱਸਿਆ ਨੂੰ ਸਮਝ ਸਿਰ ਸੁਲਝਾਉਣ 'ਚ ਵੀ ਮਾਹਿਰ ਹੁੰਦੇ ਹਨ ਫਿਲੀਪੀਨਸ ਵਿੱਚ ਇੱਕ ਸਿੰਜਾਈ ਯੋਜਨਾ ਨਿਰਮਾਣ ਦੀ ਹਿਸੀ ਜਿਸ ਲਈ ਅਮਰੀਕਾ ਤੋਂ ਆਉਣ ਵਾਲੇ ਵੱਡੇ ਪੰਪ ਦੂਜੇ ਵਿਸ਼ਵ ਯੁੱਧ ਕਾਰਨ ਆ ਨਹੀਂ ਸੀ ਰਹੀ ਪਰ ਇਹ ਇੰਜੀਨੀਅਰ ਨੂੰ ਪੁਰਾਣੀ ਟਰੱਕਾਂ ਤੇ ਇੰਜਣ ਨੂੰ ਵਰਤ ਕੇ ਪੰਪਾਂ ਦਾ ਜੁਗਾੜ ਕਰਕੇ ਸਮੱਸਿਆ ਹਲ ਕੀਤੀ ਤੇ ਕੰਮ ਜਾਰੀ ਰੱਖਿਆ। ਦੇਸ਼ ਦੇ ਰਾਸ਼ਟਰਪਤੀ ਦੀ ਇਸ ਯੋਜਨਾ 'ਚ ਡੂੰਘੀ ਦਿਲਚਸਪੀ ਸੀ। ਰਾਸ਼ਟਰਪਤੀ ਨੇ ਇਸ ਘਟਨਤ ਲਈ ਇੰਜੀਨੀਅਰ ਦੀ ਪ੍ਰਸ਼ੰਸਾ ਕਰਨ ਦੇ ਉਦੇਸ਼ ਨਾਲ ਉਸ ਇੰਜੀਨੀਅਰ ਨੂੰ ਬੁਲਾ ਕੇ ਪੁੱਛਿਆ ਕਿ ਪੁਰਾਣੇ ਟਰੱਕਾਂ ਦੇ ਇੰਜਣਾਂ ਨੂੰ ਪੰਪਾਂ ਵੱਜੋਂ ਵਰਤਣ ਦੇ ਫੈਸਲੇ 'ਚ ਕੀ ਉਹਦਾ ਹੱਥ ਹੈ? ਇੰਜੀਨੀਅਰ ਨੇ ਸਮਝਿਆ ਸ਼ਾਇਦ ਰਾਸ਼ਟਰਪਤੀ ਨੂੰ ਨਕਾਰਾ ਹੋਏ। ਟਰੱਕਾਂ ਦੇ ਇੰਜਣਾਂ ਨੂੰ ਪੰਪਾ ਵੱਜੋਂ ਵਰਤਨ ਦੀ ਉਹਦੀ ਕਾਰਵਾਈ ਚੰਗੀ ਨਹੀਂ ਲੱਗੀ ਪਰ ਉਹਨੇ ਸਵੈ ਵਿਸ਼ਵਾਸ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਕਿਹਾ ਜੀ ਹਾਂ ਅਜਿਆ ਕਰਨ ਲਈ ਮੈਂ ਜ਼ਿੰਮੇਵਾਰ ਸੁਣ ਕੇ ਰਾਸ਼ਟਰਪਤੀ ਨੇ ਕਿਹਾ ਫਿਰ ਆਪਣਾ ਹੱਥ ਉੱਚਾ ਕਰੋ ਜਦੋਂ ਤੌਖਲੇ ਤੇ ਦੁਚਿੱਤੀ ਵਿੱਚ ਇੰਜੀਨੀਅਰ ਨੇ ਹੱਥ ਉੱਚਾ ਕੀਤਾ ਤਾਂ ਰਾਸ਼ਟਰਪਤੀ ਨੇ ਉਹਨੂੰ ਸਿੰਚਾਈ ਮੰਤਰੀ ਵੱਜੋਂ ਸੌਂ ਚੁਕਾ ਦਿੱਤੀ ਪੁਲਿਸ ਨੇ ਜਦੋਂ ਕਿਸੇ ਫੜੇ ਮੁਜਰਮ ਨੂੰ ਕਾਬੂ ਕਰਨਾ ਹੁੰਦਾ ਸਭ ਤੋਂ ਪਹਿਲਾਂ ਹੱਥ ਕੜੀ ਨਾਲ ਉਹਦੇ ਹੱਥ ਬੰਨੇ ਜਾਂਦੇ ਆ ਕਿਸੇ ਗੰਭੀਰ ਅਪਰਾਧ ਦੇ ਦੋਸ਼ੀ ਨੂੰ ਦੌੜਨ ਦੌੜਨ ਤੋਂ ਤੇ ਉਸ ਵੱਲੋਂ ਹਮਲਾ ਕਰਨ ਤੋਂ ਰੋਕਣ ਲਈ ਉਹਦੇ ਹੱਥ ਪਿੱਛੇ ਕਰਕੇ ਬੰਨੇ ਜਾਂਦੇ ਹਨ ਚੀਨ ਵਿੱਚ ਦੋਸ਼ੀ ਨੂੰ ਕਤਲ ਦੇ ਜੁਰਮ 'ਚ ਲੰਮਾਰਸਾ ਜੇਲ੍ਹ 'ਚ ਬੰਦ ਰੱਖਣ ਦੀ ਥਾਂ ਉਹਦਾ ਅੰਗੂਠਾ ਤੇ ਕਈ ਵਾਰੀ ਪਹਿਲੀ ਉਂਗਲ ਵੀ ਕੱਟ ਦਿੱਤੀ ਜਾਂਦੀ ਸੀ ਇਹ ਐਵੇਂ ਨਾ ਕੇਵਲ ਉਹ ਹੱਥਾਂ ਪਛਾਣਿਆ ਜਾਂਦਾ ਸੀ ਉਹ ਅੰਗੂਠੇ ਬਿਨਾਂ ਹੱਥ ਤੇ ਨਿਕਾਰਾ ਹੋਣ ਕਾਰਨ ਸਾਰਾ ਜੀਵਨ ਹੀ ਮੰਗਤਾ ਬਣਿਆ ਰਹਿੰਦਾ ਮੁਸਲਿਮ ਦੇਸ਼ਾਂ 'ਚ ਦੋਸ਼ੀ ਦਾ ਹੱਥ ਹੀ ਕੱਟ ਦਿੱਤਾ ਜਾਂਦਾ ਹੈ ਆਮ ਕਰਕੇ ਕਿਹਾ ਜਾਂਦਾ ਹੈ ਕਿ ਤਾਜ ਬਣਾਉਣ ਵਾਲੇ ਕਾਰੀਗਰਾਂ ਦੇ ਹੱਥ ਕੱਟ ਦਿੱਤੇ ਗਏ ਸਨ ਤਾਂ ਕਿ ਉਹ ਦੁਬਾਰਾ ਅਜਿਹਾ ਨਿਰਮਾਣ ਨਾ ਕਰ ਸਕਣ ਪਰ ਇਹ ਕੇਵਲ ਕਹਾਣੀਆਂ ਹੀ ਹਨ ਕੁਝ ਕਾਰਜ ਅਸੀਂ ਕੇਵਲ ਸੱਜੇ ਹੱਥ ਨਾਲ ਕਰਦੇ ਹਾਂ ਜਿਵੇਂ ਟੂਟੀ ਖੋਲਣੀ ਕੁਝ ਕਾਰਜ ਦੋਵੇਂ ਹੱਥਾਂ ਨਾਲ ਕੀਤੇ ਜਾਂਦੇ ਆ ਜਿਵੇਂ ਪਤੀਲਾ ਚੁੱਕਣਾ ਤੇ ਕੁਝ ਕਾਰਜ ਅਸੀਂ ਦੋਹਾਂ ਹੱਥਾਂ ਦੇ ਸਹਿਯੋਗ ਨਾਲ ਕਰਦੇ ਹਾਂ ਜਿਵੇਂ ਮੂੰਹ ਤੋਂ ਨਾ ਖੱਬੇ ਦੇ ਮੁਕਾਬਲੇ ਸੱਜਾ ਹੱਥ 20 ਗੁਣਾ ਵਧੇਰੇ ਵਰਤਿਆ ਜਾਂਦਾ ਹੈ। ਈਸਾਈ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਸੱਜੇ ਹੱਥ ਨੂੰ ਪਰਮਾਤਮਾ ਦਾ ਹੱਥ ਖੱਬੇ ਹੱਥ ਨੂੰ ਸ਼ੈਤਾਨ ਦਾ ਹੱਥ ਦੱਸਦੇ ਹਨ। ਸਮਾਜਿਕ ਪੱਖੋਂ ਸੱਜਾ ਹੱਥ ਆਪਣੇ ਕਾਰਜਾਂ ਲਈ ਤੇ ਖੱਬਾ ਹੱਥ ਦੂਜਿਆਂ ਦੇ ਕਾਰਜਾਂ ਲਈ ਦੱਸਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਸ਼ੈਤਾਨ ਖੱਬੂਸੀ, ਚੋੜੇਲਾ ਵੀ ਖੱਬੂ ਹੁੰਦੀਆਂ। ਕਬੂਦ ਖੱਬੇ ਪਾਸੇ ਹੁੰਦੇ ਦਸਤੇ ਹੈ ਜੇ ਸਜੇ ਹੱਥ ਦੀ ਤਲੀ ਤੇ ਖਾਜ ਹੋਵੇ ਤਾਂ ਪੈਸਾ ਮਿਲਣ ਦੀ ਸੰਭਾਵਨਾ ਤੇ ਖੱਬੇ ਹੱਥ ਦੀ ਤਲੀ ਦੇ ਖਾਜ ਨੁਕਸਾਨ ਹੋਣ ਦਾ ਸੰਕੇਤ ਮੰਨੀ ਜਾਂਦੀ ਹੈ ਖੱਬੂ ਵਿਅਕਤੀ ਨੂੰ ਹੈਰਾਨੀ ਨਾਲ ਵੇਖਿਆ ਜਾਂਦਾ ਹੈ ਕਬੂਆਂ ਦੀ ਗਿਣਤੀ ਕਈ ਸਮਾਜਾਂ ਵਿੱਚ 20% ਤੋਂ ਵੀ ਵੱਧ ਵੇਖੀ ਗਈ ਹੈ ਖਬੂਆਂ ਨੂੰ ਭੀੜ 'ਚ ਵਿਚਰਨ ਸੰਗੀਤ ਅਪਣਾਉਣ ਨੱਚਣ ਤੇ ਹਥਿਆਰ ਵਰਤਣ ਚ ਮੁਸ਼ਕਲ ਹੁੰਦੀ ਹੈ ਖਬੂ ਸਜਵਾਂ ਨਾਲੋਂ 87 ਸਾਲ ਪਹਿਲਾਂ ਚਲਾਣਾ ਕਰਦੇ ਹਨ ਕਈ ਸਮਾਜਾਂ ਚ ਕਿਸੇ ਨਾਲ ਹੱਥ ਮਿਲਾਉਣ ਸਮੇ ਖੱਬਾ ਹੱਥ ਅੱਗੇ ਕਰਨਾ ਬੇਇੱਜ਼ਤੀ ਕਰਨ ਦਾ ਸੰਕੇਤ ਸਮਝਿਆ ਜਾਂਦਾ ਹੈ ਹਰੇਕ ਸਭਿਆਚਾਰ ਚ ਚੰਗੀਆਂ ਚੀਜ਼ਾਂ ਸਜੇ ਹੱਥ ਤੇ ਭੈੜੀਆਂ ਚੀਜ਼ਾਂ ਖੱਬੇ ਹੱਥ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ਹੱਥਾਂ ਨੂੰ ਸਭ ਥਾਵਾਂ ਤੇ ਕੰਮ ਨਾਲ ਜੋੜਿਆ ਜਾਂਦਾ ਹੈ। ਕਈਆਂ ਦੇ ਹੱਥਾਂ 'ਚ ਬਰਕਤ ਹੁੰਦੀ ਹੈ। ਜਿਨ੍ਹਾਂ ਦੇ ਹੱਥਾਂ 'ਚ ਬਰਕਤ ਹੈ, ਉਹ ਸਭ ਖੇਤਾਂ 'ਚ ਸਫਲ ਹੁੰਦੇ ਹਨ। ਜਦੋਂ ਤੱਕ ਕਿਸਾਨ ਆਪਣੇ ਹੱਥਾਂ ਨਾਲ ਖੇਤੀ ਕਰਦਾ ਹੈ, ਉਹ ਵਿਕਾਸ ਕਰਦਾ ਹੈ। ਹੋਰਾਂ ਤੇ ਨਿਰਭਰ ਕਰਨਾ ਉਹ ਨਹੀਂ ਕਰਦਾ। ਔਰਤ ਦੇ ਹੱਥ ਪੁਰਸ਼ਾਂ ਦੇ ਹੱਥਾਂ ਨਾਲੋਂ ਛੋਟੇ ਹੁੰਦੇ ਹਨ, ਪਰ ਉਹ ਵਧੇਰੇ ਹਰਕਤ ਕਰ ਸਕਦੇ ਹਨ। ਸੂਖਮ ਕੰਮ ਨੇ ਪਟੌਣ ਚ ਵਧੇਰੇ ਨੇ ਪੁੰਨ ਹੁੰਦੇ ਹਨ। ਸਾਰਾ ਸੰਧ ਪ੍ਰਬੰਧ ਪੁਰਸ਼ ਦੀ ਸਰੀਰਕ ਡਾਲਰ ਅਨੁਸਾਰ ਹੁਣ ਕਰਕੇ ਤਕਨੀਕੀ ਖੇਤਰਾਂ 'ਚ स्त्री-ਪੁਰਸ਼ ਤੇ ਬਰਾਬਰ ਨਹੀਂ ਪਰ ਹੁਣ ਵਿਸ਼ਾਲ ਵਿਸ਼ਵ ਪੱਧਰ ਤੇ ਸੰਧ ਪ੍ਰਬੰਧ स्त्री-ਪੁਰਸ਼ ਦੋਵਾਂ ਦੇ ਹੱਥਾਂ ਨਾਲ ਕਾਰਜ ਕਰਨ ਲਈ ਯੋਗ ਹੋਣ ਦੀ ਦ੍ਰਿਸ਼ਟੀ ਨਾਲ ਪੁਨਰ ਬੀਉਂਤਿਆ ਜਾ ਰਿਹਾ ਹੈ ਆਪਣੇ ਹੱਥਾਂ ਨੂੰ ਵੱਧ ਤੋਂ ਵੱਧ ਵਰਤਣ ਤੇ ਬਚਿਆ ਤੋਂ ਵਿਭਿੰਨ ਪ੍ਰਕਾਰ ਨਾਲ ਕਾਰਜ ਕਰਵਾਉਣ ਨਾਲ ਵਿਭਿੰਨ ਪ੍ਰਕਾਰ ਦੇ ਕਾਰਜ ਕਰਵਾਉਣ ਨਾਲ ਨਾ ਕੇਵਲ ਵਿਅਕਤੀ ਤੇ ਪਰਿਵਾਰ ਦੀ ਸਿਹਤ ਠੀਕ ਰਹਿੰਦੀ ਹੈ ਸਗੋਂ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਵੀ ਉਸਾਰੂ ਹੁੰਦਾ ਹੈ ਵਿਰਤੀ ਵੀ ਸਹੀ ਉਗੀ ਹੁੰਦੀ ਹੈ ਤੇ ਜੇ ਲੋਕਾਂ ਨੂੰ ਸਭਨੀ ਥਾਈ ਸਫਲਤਾ ਮਿਲਦੀ ਹੈ ਧੰਨਵਾਦ